ਸਿੱਖ ਇਤਿਹਾਸ ਦੀ ਮਹਾਨ ਗਾਥਾ। ਉਸ ਸਮੇਂ ਹੋਏ ਸਮਝੌਤੇ ਮੁਤਾਬਕ ਖਾਲਸੇ ਨੂੰ 3 ਲੱਖ ਰੁਪਏ ਹਰਜ਼ਾਨਾ ਦਿੱਤਾ ਗਿਆ। ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਕੰਮ ਵੀ ਸਰਦਾਰ ਬਘੇਲ ਸਿੰਘ ਜੀ ਨੂੰ ਸੌਂਪ ਦਿੱਤਾ ਗਿਆ। ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਕਰਵਾਉਣ ਲਈ ਹੋਏ ਸਮਝੌਤੇ ਮੁਤਾਬਕ ਸਰਦਾਰ ਬਘੇਲ ਸਿੰਘ ਜੀ 4000 ਘੋੜ ਸਵਾਰਾਂ ਨਾਲ ਦਿੱਲੀ ਵਿੱਚ ਹੀ ਰਹੇ ਅਤੇ ਆਪ ਜੀ ਨੇ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੇ ਠਹਿਰਨ ਵਾਲੀ ਥਾਂ ਤੇ ਗੁਰਦੁਆਰਾ ਸਾਹਿਬ ਬਣਵਾਇਆ। ਫਿਰ ਮਹੱਲਾ ਜੈਪੁਰ ਵਿੱਚ ਬੰਗਲਾ ਸਾਹਿਬ ਦੇ ਨਾਮ ਤੇ ਉਸ ਥਾਂ ਗੁਰਦੁਆਰਾ ਸਾਹਿਬ ਬਣਵਾਇਆ ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਸਨ। ਫਿਰ ਜਮਨਾ ਨਦੀ ਦੇ ਕੰਢੇ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅਤੇ ਮਾਤਾ ਸੁੰਦਰੀ ਜੀ ਦੇ ਅੰਗੀਠਿਆਂ ਵਾਲੀ ਥਾਂ ਤੇ ਯਾਦਗਾਰਾਂ ਸਥਾਪਿਤ ਕੀਤੀਆਂ। ਫਿਰ ਬਾਬਾ ਬਘੇਲ ਸਿੰਘ ਜੀ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਉਸ ਅਸਥਾਨ ਤੇ ਬਣਵਾਇਆ ਜਿੱਥੇ ਲੱਖੀ ਸ਼ਾਹ ਨਾਮ ਦੇ ਸਿੱਖ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਲੈ ਜਾ ਕੇ ਦਾਹ ਸੰਸਕਾਰ ਕੀਤਾ ਸੀ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਤੇ ਗੁਰਦੁਆਰਾ ਸੀਸਗੰਜ ਸਾਹਿਬ ਵੀ ਆਪ ਜੀ ਨੇ ਬਣਵਾਇਆ। ਉਪਰੋਕਤ ਗੁਰਦੁਆਰਿਆਂ ਦੇ ਬਣ ਜਾਣ ਤੋਂ ਮਗਰੋਂ ਜਦੋਂ ਸਰਦਾਰ ਬਘੇਲ ਸਿੰਘ ਜੀ ਵਾਪਸ ਪੰਜਾਬ ਨੂੰ ਆਉਣ ਲੱਗੇ ਤਾਂ ਬਾਦਸ਼ਾਹ ਨੇ ਇੱਕ ਸੁੰਦਰ ਹਾਥੀ, 5 ਘੋੜੇ, 1 ਸੋਨੇ ਦੀ ਜ਼ੰਜੀਰ ਅਤੇ ਬਹੁਤ ਸਾਰੀਆਂ ਹੋਰ ਭੇਟਾਵਾਂ ਦੇ ਕੇ ਆਪ ਜੀ ਨੂੰ ਸਤਿਕਾਰ ਸਹਿਤ ਵਿਦਾ ਕੀਤਾ। ਦੱਸਿਆ ਜਾਂਦਾ ਹੈ ਕਿ ਸਰਦਾਰ ਬਘੇਲ ਸਿੰਘ ਜੀ ਜਦੋਂ ਤੱਕ ਜਿਉਂਦੇ ਰਹੇ ਦਿੱਲੀ ਸ਼ਹਿਰ ਦੀ ਚੁੰਗੀ ਦਾ 1/4 ਹਿੱਸਾ ਘਰ ਬੈਠਿਆਂ ਉਹਨਾਂ ਪਾਸ ਅੱਪੜਦਾ ਰਿਹਾ। ਜਦੋਂ ਅਸੀਂ ਸਿੱਖਾਂ ਵੱਲੋਂ ਦਿੱਲੀ ਫਤਿਹ ਕਰਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਦਿੱਲੀ ਵਿੱਚ ਵਾਪਰੀਆਂ ਉਹ ਪੁਰਾਣੀਆਂ ਘਟਨਾਵਾਂ ਯਾਦ ਆ ਜਾਂਦੀਆਂ ਹਨ, ਜਦੋਂ ਦਿੱਲੀ ਦੇ ਲਾਲ ਕਿਲੇ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਚਾਂਦਨੀ ਚੌਂਕ ਵਿੱਚ ਸੱਚ, ਧਰਮ ਅਤੇ ਨੇਕੀ ਲਈ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚਿਰਦੇ ਦੇਖਿਆ ਸੀ, ਭਾਈ ਦਿਆਲ ਦਾਸ ਜੀ ਨੂੰ ਦੇਗ ਵਿੱਚ ਉਬਾਲੇ ਖਾਂਦੇ ਤੱਕਿਆ ਸੀ ਤੇ ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਸ਼ਹੀਦ ਹੁੰਦਿਆਂ ਤੱਕ ਕੇ ਸਿੱਖੀ ਸਿਦਕ ਲਈ ਸ਼ਹੀਦ ਹੋਣ ਵਾਲਿਆਂ ਨੂੰ ਸਜਦੇ ਤੇ ਸਲਾਮਾਂ ਕੀਤੀਆਂ ਸਨ। ਉਸ ਸਮੇਂ ਹੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਠੀਕਰ ਖੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ ਦੇ ਮਹਾਂਵਾਕ ਅਨੁਸਾਰ ਧਰਮ ਹੇਤ ਵੱਡਾ ਸਾਕਾ ਕੀਤਾ ਸੀ ਤੇ ਗੁਰੂ ਦੇ ਸਿਦਕੀ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਲਈ ਆਪਣੇ ਹੀ ਘਰ ਨੂੰ ਅੱਗ ਲਗਾ ਦੇਣ ਦੀ ਮਿਸਾਲ ਕਾਇਮ ਕਰਕੇ ਦੱਸ ਦਿੱਤਾ ਸੀ ਕਿ ਸਿੱਖਾਂ ਲਈ ਧਰਮ ਸਭ ਦੌਲਤਾਂ ਤੋਂ ਵੱਧ ਕੇ ਪਿਆਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਸਥਾਨ ਤੋਂ ਇੱਕ ਤੀਰ ਲਾਲ ਕਿਲੇ ਵੱਲ ਸੇਧ ਕੇ ਇਤਿਹਾਸਕ ਦ੍ਰਿਸ਼ਟੀ ਤੋਂ ਤਾਂ ਬਾਦਸ਼ਾਹ ਨੂੰ ਗੁਰੂ ਸਾਹਿਬ ਦੇ ਦਿੱਲੀ ਆਗਮਨ ਦੀ ਸੂਚਨਾ ਦਿੱਤੀ ਸੀ, ਪਰੰਤੂ ਰਹੱਸਵਾਦੀ ਦ੍ਰਿਸ਼ਟੀ ਵਿੱਚ ਉਸ ਤੀਰ ਨਾਲ ਲਾਲ ਕਿਲੇ ਦੇ ਅੰਦਰ ਹੁੰਦੇ ਬਾਦਸ਼ਾਹੀ ਜ਼ਬਰ ਤੇ ਜ਼ੁਲਮ ਦੀਆਂ ਮਜ਼ਬੂਤ ਦੀਵਾਰਾਂ ਨੂੰ ਭੇਦਣ ਲਈ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਉਤਸ਼ਾਹ ਭਰਿਆ ਸੀ। ਇੱਕ ਸਮਾਂ ਉਹ ਵੀ ਸੀ ਜਦੋਂ ਲਾਲ ਕਿਲੇ ਵਿੱਚੋਂ ਜਾਰੀ ਹੋਏ ਸ਼ਾਹੀ ਫੁਰਮਾਨਾਂ ਮੁਤਾਬਕ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਹਨਾਂ ਦੇ 780 ਸਾਥੀ ਸ਼ਹੀਦ ਕੀਤੇ ਗਏ ਸਨ ਤੇ ਅੰਤ ਚੜ੍ਹਦੀ ਕਲਾ ਵਿੱਚ ਰਹਿ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪਹਿਲਾਂ ਆਪਣੇ ਮਾਸੂਮ ਪੁੱਤਰ ਬਾਬਾ ਅਜੇ ਸਿੰਘ ਜੀ ਨੂੰ ਸ਼ਹੀਦ ਹੁੰਦੇ ਤੱਕਿਆ ਸੀ। ਜ਼ਾਲਮਾਂ ਨੇ ਜਿਸ ਦਾ ਕਲੇਜ਼ਾ ਕੱਢ ਕੇ ਬਾਬਾ ਬੰਦਾ ਸਿੰਘ ਜੀ ਦੇ ਜ਼ਬਰਦਸਤੀ ਮੂੰਹ ਵਿੱਚ ਪਾਇਆ ਸੀ ਤੇ ਫਿਰ ਅਨੇਕਾਂ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਸੇ ਹੀ ਦਿੱਲੀ ਦੀ ਦਹਿਲੀਜ਼ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਕਲਗੀਧਰ ਪਾਤਸ਼ਾਹ ਜੀ ਦੇ ਇਹਨਾਂ ਬਹਾਦਰ ਸਪੁੱਤਰਾਂ ਨੇ ਦਿੱਲੀ ਦੇ ਲਾਲ ਕਿਲੇ 'ਤੇ ਕਬਜ਼ਾ ਕਰਕੇ ਮੁਗਲਾਂ ਦੇ ਇਸ ਹੰਕਾਰ ਨੂੰ ਵੀ ਚੂਰ ਚੂਰ ਕਰ ਦਿੱਤਾ ਸੀ ਕਿ ਉਹ ਅਜਿੱਤ ਹਨ ਤੇ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਅੱਜ ਸਿਰਫ ਇੰਨਾ ਹੀ ਤੇ ਹੁਣ ਕੱਲ੍ਹ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ। 30,000 ਸਿੱਖ ਸੈਨਾ ਨਾਲ ਦਲ ਖਾਲਸਾ ਦੇ 3 ਜਰਨੈਲ ਲਾਲ ਕਿਲੇ ਵਿੱਚ ਦਾਖਲ ਹੋਏ ਸਨ। ਇਹ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਹੈ ਡਾਕਟਰ ਅੰਮ੍ਰਿਤਪਾਲ ਸਿੰਘ ਜੀ ਨੇ ਕਾਂਸੀਪੁਰਾ ਬਾਰਾਮੂਲਾ ਕਸ਼ਮੀਰ ਤੋਂ। ਇਹਨਾਂ ਦਾ ਧੰਨਵਾਦ। ਤੇ ਹੁਣ ਅੱਜ ਦਾ ਸਵਾਲ ਹੈ, ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ
किसने करवाई सी, सवाल का जवाब भेजन लई अपने मोबाइल दे मैसेज बॉक्स विच जाके लिखो SIMG, फिर अपना जवाब ते नाम लिख के सानू भेज देवो 5424254 ते। जेड़े दर्शक दा ठीक जवाब सब तो पहला पहुंचेगा वह होवेगा साडा विजेता। वाहिगुरु जी का खालसा, वाहिगुरु जी की फतेह। सतसंगत जी, सिख इतिहास की महान गाथा संबंधी अपने सुझाव देने लई लिखो SIMG अते भेज दिओ 5424254।